ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ ਪੀ ਸਿੰਘ ਓਬਰਾਏ ਨੇ ਆਪਣੀ ਟੀਮ ਨਾਲ ਸ਼੍ਰੀਨਗਰ ਵਿਖੇ ਹਫ਼ਤ ਚਨਾਹ ਇਲਾਕੇ ਦਾ ਦੌਰਾ ਕੀਤਾ। ਇਸ ਦੌਰਾਨ ਹਫ਼ਤ ਚਨਾਹ ਇਲਾਕੇ ਦੇ ਲੋਕਾਂ ਨੂੰ ਜੋ 2 ਬੈਡਰੂਮ ਵਾਲੇ 30 ਫਲੈਟ ਬਣਾ ਕੇ ਦਿੱਤੇ ਜਾਣਗੇ ਉਹਨਾਂ ਸੰਬੰਧੀ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਡਾਕਟਰ ਜੇ ਐਨ ਕਾਜ਼ਬਾ ਨਾਲ ਮੁਲਾਕਾਤ ਕੀਤੀ ਗਈ ਅਤੇ ਮੌਕੇ ਦਾ ਦੌਰਾ ਕਰਵਾਇਆ ਗਿਆ ਜਿੱਥੇ ਫਲੈਟ ਬਣਾਉਣ ਸੰਬੰਧੀ ਨਕਸ਼ਾ ਵੀ ਵਿਖਾਇਆ ਗਿਆ। ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਕਮਿਸ਼ਨਰ ਡਾਕਟਰ ਕਾਜ਼ਬਾ ਨੂੰ ਅਪੀਲ ਕਰਦਿਆਂ ਸ਼੍ਰੀਨਗਰ ਵਿਖੇ 1 ਏਕੜ ਜ਼ਮੀਨ ਦੀ ਮੰਗ ਕੀਤੀ ਗਈ ਜਿੱਥੇ ਸਕਿੱਲ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾਏਗਾ। ਇਸ ਵਿੱਚ ਨੌਜਵਾਨਾਂ ਨੂੰ ਕਾਰਪੇਂਟਰ, ਮੈਸਨ, ਪਲੰਬਰ ਅਤੇ ਇਲੈਕਟ੍ਰੀਸ਼ੀਅਨ ਦੀ ਟ੍ਰੇਨਿੰਗ ਦਿੱਤੀ ਜਾਏਗੀ। ਇਸ ਮੌਕੇ ਡਾਇਲਸਿਸ ਦੀਆਂ 2 ਮਸ਼ੀਨਾਂ ਵੀ ਲਗਾਉਣ ਦੀ ਗੱਲ ਕੀਤੀ ਗਈ। ਡਾਇਲਸਿਸ ਦੀ ਫੀਸ 750 ਰੁਪਏ ਰੱਖੇ ਜਾਣ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਡਾਕਟਰ ਐਸ ਪੀ ਸਿੰਘ ਓਬਰਾਏ ਨੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਅਗਲੇ ਸਾਲ ਵਿਸਾਖੀ ਦੇ ਮੌਕੇ ਫਲੈਟ ਪਰਿਵਾਰਾਂ ਦੇ ਸਪੁੱਰਦ ਕੀਤੇ ਜਾਣ ਦੀ ਗੱਲ ਆਖੀ। ਕਾਬਲੇਗੌਰ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਹਫ਼ਤ ਚਨਾਹ ਇਲਾਕੇ 'ਚ ਲੋਕਾਂ ਨੂੰ ਫਲੈਟ ਬਣਾ ਕੇ ਦਿੱਤੇ ਜਾਣ ਦੇ ਸ਼ਲਾਘਾਯੋਗ ਕਾਰਜ ਦੀ ਜਿੱਥੇ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਟਰੱਸਟ ਵੱਲੋਂ ਸਮੇਂ ਸਿਰ ਅਜਿਹੀਆਂ ਸੇਵਾਵਾਂ ਕਰਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਰਹਿੰਦੀ ਹੈ ਜਿਸ ਵਿੱਚ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ ਪੀ ਸਿੰਘ ਓਬਰਾਏ ਦਾ ਵਿਸ਼ੇਸ਼ ਯੋਗਦਾਨ ਹੈ। 300 ਘਰ ਸੀ ਜਿਹੜੇ ਕਿ ਬਿਲਕੁਲ ਤਬਾਹ ਹੋ ਚੁੱਕੇ ਸੀ ਜਿਨ੍ਹਾਂ 'ਚੋਂ ਕੁਛ ਦੀ ਰੈਨੋਵੇਸ਼ਨ ਹੋਣੀ ਸੀ ਉਹ ਅਸੀਂ ਕਿਸੇ ਨੂੰ 50,000 ਕਿਸੇ ਨੂੰ ਲੱਖ ਕਿਸੇ ਨੂੰ 2 ਲੱਖ ਰੁਪਏ ਦੇ ਕੇ ਉਸੇ ਰੈਨੋਵੇਸ਼ਨ ਕੀਤੀ ਉਹਦੀ ਲੇਕਿਨ 105 ਘਰ ਇਹੋ ਜਿਹੇ ਨੇ ਅਜੇ ਵੀ ਜਿਹੜੇ ਕਿ ਬਿਲਕੁਲ ਖਤਮ ਹੋ ਚੁੱਕੇ ਨੇ ਔਰ ਉਹ ਨਵੇਂ ਬਣਾਉਣੇ ਹੈ। ਸੋ ਅੱਜ ਸਰਬੱਤ ਦੇ ਭਲਾ ਚੈਰੀਟੇਬਲ ਟਰੱਸਟ ਵੱਲੋਂ ਅਸੀਂ ਇੱਕ ਫੈਸਲਾ ਕੀਤਾ ਗਿਆ ਸਾਡੇ ਟਰੱਸਟ ਨੇ ਕਿ ਇਹਨਾਂ ਨੂੰ ਦੁਬਾਰਾ ਮਕਾਨ ਬਣਾ ਕੇ ਦਿੱਤੇ ਜਾਣ। ਸੋ ਅੱਜ ਅਸੀਂ ਇੱਥੋਂ ਦੇ ਮਾਣਯੋਗ ਸਾਡੇ ਕਮਿਸ਼ਨਰ ਸਾਹਿਬ ਜਿਹੜੇ ਆ ਉਹਨਾਂ ਨੂੰ ਅਸੀਂ ਡਰਾਇੰਗਾਂ ਪੇਸ਼ ਕਰਨੀਆਂ ਨੇ। ਅੱਜ ਅਸੀਂ ਡਰਾਇੰਗਾਂ ਲੈ ਕੇ ਆਏ ਨੇ ਸਾਡੇ ਨਾਲ ਸੀਨੀਅਰ ਆਰਕੀਟੈਕਟ ਸੁੰਦਰ ਸਿੰਘ ਜਿਨ੍ਹਾਂ ਨੇ ਡਰਾਇੰਗਾਂ ਬਣਾਈਆਂ ਨੇ ਅਤੇ ਹਰਦੀਪਕ ਸਿੰਘ ਜੀ ਜਿਹੜੇ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਜਿਨ੍ਹਾਂ ਨੇ ਕਿ ਬਿਲਡਿੰਗਾਂ ਬਣਾਉਣੀਆਂ ਹੈਗੀਆਂ ਉਹ ਵੀ ਸਾਡੇ ਨਾਲ ਆਏ ਹੋਏ ਨੇ। ਸੋ ਜਿਹੜਾ ਇੱਕ ਤਾਂ ਰਾਮਬਾਗ ਅਸੀਂ ਕੱਲ੍ਹ ਚੱਕਰ ਲਾ ਕੇ ਆਏ ਹਾਂ ਉੱਥੇ ਤਕਰੀਬਨ 70 ਫੈਮਲੀਆਂ ਇਹੋ ਜਿਹੀਆਂ ਨੇ 70 ਘਰ ਇਹੋ ਜਿਹੇ ਨੇ ਜਿਹੜੇ ਕਿ ਰਹਿਣ ਯੋਗ ਨਹੀਂ ਹੈ। ਸੋ ਕੱਲ੍ਹ ਅਸੀਂ ਉਹਨਾਂ ਦਾ ਕੋਈ ਝਗੜਾ ਚੱਲ ਰਿਹਾ ਜਿਹੜਾ ਕਿ ਡਾਕਟਰ ਕਰਨ ਸਿੰਘ ਜੀ ਨਾਲ ਜਿਹੜਾ ਚੱਲ ਰਿਹਾ। ਸੋ ਉਸ ਨੂੰ ਅਸੀਂ ਇਹ ਕਿਹਾ ਕਿ ਤੁਸੀਂ ਪਹਿਲਾਂ ਜ਼ਮੀਨ ਦਾ ਫੈਸਲਾ ਕਰ ਲਓ, ਅੱਧੀ ਵੀ ਅੱਧੀ ਜ਼ਮੀਨ ਮਿਲੇ ਜਾਂ ਕੁਛ ਵੀ ਮਿਲੇ ਤੁਸੀਂ ਜ਼ਮੀਨ ਦਾ ਫੈਸਲਾ ਕਰੋ। ਜਦੋਂ ਤੁਹਾਨੂੰ ਜ਼ਮੀਨ ਮਿਲ ਜਾਏਗੀ ਅਸੀਂ 70-70 ਮਕਾਨ ਜਿਹੜੇ ਆ 2 ਬੈਡਰੂਮ ਹਾਲ ਇਹ ਅਸੀਂ ਤੁਹਾਨੂੰ ਸਰਬੱਤ ਦੇ ਭਲਾ ਚੈਰੀਟੇਬਲ ਟਰੱਸਟ ਵੱਲੋਂ ਬਣਾ ਕੇ ਦਿਆਂਗੇ। ਅੱਜ ਜਿਹੜਾ ਅਸੀਂ ਜਾ ਰਹੇ ਹਾਂ ਅੱਜ ਅਸੀਂ ਗੁਰਦੁਆਰਾ ਸਾਹਿਬ ਇੱਥੇ ਆਏ ਹਫ਼ਤ ਚਨਾਰ। ਸੋ ਉੱਥੇ ਤਕਰੀਬਨ ਸਾਡੀਆਂ 30 ਫੈਮਲੀਆਂ ਨੇ, 170 ਬੰਦੇ ਨੇ ਫੈਮਲੀ ਮੈਂਬਰ ਨੇ ਜਿਹੜੇ ਕਿ ਬਿਲਕੁਲ ਰਹਿਣ ਦੀ ਜਗ੍ਹਾ ਨਹੀਂ, ਉਹਨਾਂ ਦੇ ਟੈਂਟਾਂ 'ਚ ਰਹਿ ਰਹੇ ਨੇ, ਉਹ ਘਰਾਂ ਦੀ ਹਾਲਤ ਬੜੀ ਖਰਾਬ ਹੈ। ਸੋ ਅੱਜ ਜਿਹੜੇ ਨਕਸ਼ੇ ਲਾਏ ਆ ਅਸੀਂ ਉੱਥੇ ਅਸੀਂ 30 ਜਿਹੜੇ ਫਲੈਟ ਹੈਗੇ ਨੇ 2 ਬੈਡਰੂਮ ਦੇ 600 ਸਕੁਏਅਰ ਫੁੱਟ ਦਾ ਇੱਕ ਫਲੈਟ ਜਿਹੜਾ ਬਣੇਗਾ ਇਹ ਅਸੀਂ ਸ਼ੁਰੂ ਕਰ ਰਹੇ ਹਾਂ ਔਰ ਉਮੀਦ ਹੈ ਕਿ ਅਸੀਂ ਇਸ ਸਾਲ ਦੇ ਐਂਡ ਵਿੱਚ ਜਾਂ ਜਨਵਰੀ ਜਾਂ ਫਰਵਰੀ ਵਿੱਚ ਕਰਕੇ ਵਿਸਾਖੀ ਦੇ ਉੱਤੇ ਅਸੀਂ ਇਹਨਾਂ ਨੂੰ ਚਾਬੀਆਂ ਫੜਾ ਦੇਵਾਂਗੇ ਅਤੇ ਇਹਨਾਂ ਨੂੰ ਦੁਬਾਰਾ ਫਿਰ ਅੱਛੇ ਘਰ ਮਿਲ ਜਾਣਗੇ। ਜੋ ਉਹਨਾਂ ਨੇ ਇੱਥੇ ਹਾੜ ਵਿੱਚ ਕੰਮ ਕੀਤਾ, ਜੋ ਅੱਗੇ ਹੋ ਕੇ ਉਹਨਾਂ ਨੇ ਕਸ਼ਮੀਰ ਦੇ ਸਿੱਖਾਂ ਨੂੰ ਗੱਲੇ ਲਗਾਇਆ, ਫਲੈਟ ਬਣਾ ਕੇ ਦੇਣ ਦਾ ਪਹਿਲਾ ਫੈਸਲਾ ਕਿਸੇ ਨੇ ਅੱਜ ਤੱਕ, ਕਿਸੇ ਗੌਰਮੈਂਟ ਨੇ ਨਹੀਂ, ਕਿਸੇ ਸੰਸਥਾ ਨੇ ਨਹੀਂ ਇਹ ਉਪਰਾਲਾ ਕੀਤਾ। ਅਸੀਂ ਇਹਨਾਂ ਨੂੰ ਵਾਅਦਾ ਕਰਦੇ ਹਾਂ ਕਿ ਸਮਾਰਾਜ ਦੀ ਕਿਰਪਾ, ਅੱਜ ਗੁਰੂ ਗੁਰਦੁਆਰੇ ਬੈਠ ਕੇ ਇਹ ਗੱਲ ਹੋ ਰਹੀ ਹੈ ਅਤੇ ਅਗਲੇ 1-1.5 ਸਾਲ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਵੀ ਅਸੀਂ ਫਲੈਟ ਦਾ ਜਿਹੜਾ ਕੰਮ ਲਗਾ ਸਕੀਏ। ਅਗਰ ਮਹਾਰਾਜ ਨੇ ਸਾਰਾ ਠੀਕ ਤਰ੍ਹਾਂ ਕਰ ਦਿੱਤਾ, ਇੱਥੇ ਦੀ ਸੰਗਤ ਨੇ ਕੋਆਪਰੇਟ ਕੀਤਾ ਅਤੇ ਉਹ ਕੰਮ ਹੋ ਸਕਦਾ।